ਇੰਦਰਾ ਗਾਂਧੀ ਦੀ ਘੱਲੂਘਾਰੇ ਤੋਂ 3 ਕੁ ਮਹੀਨੇ ਪਹਿਲਾਂ ਦੀ ਇੱਕ ਇੰਟਰਵਿਊ ਆ, ਉਹ ਸੁਣਨ ਵਾਲੀ। ਉਹਦੇ ਵਿੱਚ ਉਹ ਆਪ ਮੰਨਦੀ ਆ ਕਿ ਸਿੱਖ ਇੰਡੀਆ ਦੇ ਵਿੱਚ ਬਾਕੀ ਸਾਰੀਆਂ ਕੌਮਾਂ ਤੋਂ ਵੱਧ ਤੇਜ਼ੀ ਰਫ਼ਤਾਰ ਦੇ ਨਾਲ ਤਰੱਕੀ ਕਰ ਗਏ। ਇਸ ਗੱਲ ਦੀ ਖੁਸ਼ੀ ਨਹੀਂ ਸੀਗੀ, ਇਸ ਗੱਲ ਤੋਂ ਬੜਾ ਜੱਬ ਖੜ ਗਿਆ ਸੀ। ਚੋਂ ਇਹ ਕੋਈ ਵਕਤੀ ਕਾਰਨਾਂ ਕਰਕੇ, ਕਿਸੇ ਖਿੱਝ ਕਰਕੇ, ਕਿਸੇ ਦੀ ਨਿੱਜੀ ਰੰਜਿਸ਼ ਕਰਕੇ, ਜਾਂ ਕੋਈ ਦੋ ਪਾਰਟੀਆਂ ਦੇ ਟਕਰਾਅ ਕਰਕੇ, ਜਾਂ ਕਿਸੇ ਖਾਸ ਘਟਨਾਕ੍ਰਮ ਕਰਕੇ ਨਹੀਂ ਸੀ ਵਾਪਰਿਆ। ਇਹ ਹਮਲਾ ਬੇਸਿਕਲੀ ਸਿੱਖਾਂ ਦੀ ਜਿਹੜੀ ਸਮਰੱਥਾ ਖੜੀ ਹੋ ਰਹੀ ਸੀਗੀ, ਜਾਂ ਸਿੱਖਾਂ ਦੇ ਅੰਦਰ ਜਿਹੜਾ ਇੱਕ ਸਵੈ ਮਾਣ ਸੀਗਾ ਉਹਨੂੰ ਤੋੜਨ ਦੇ ਵਾਸਤੇ ਵਾਪਰਿਆ। 2 ਸਾਲ ਦੇ ਵਿੱਚ ਜਿਹੜਾ ਦਿੱਲੀ ਤਖ਼ਤ ਦਾ ਅਸਲ ਰਾਜ ਕਰਨ ਵਾਲੇ ਸੀਗੇ, ਜਿਹੜੇ ਏਜੰਸੀਆਂ ਦੇ ਵਿੱਚ ਵੱਡੇ ਅਫਸਰ ਸੀਗੇ ਡੀਪ ਸਟੇਟ, ਜਾਂ ਜਿਹੜੀ ਉਹਨਾਂ ਦੀ ਇੱਕ ਵਿਪਰ ਦੀ ਧਾਰਮਿਕ ਲੀਡਰਸ਼ਿਪ ਸੀਗੀ, ਜਾਂ ਕਾਂਗਰਸ ਦੀ ਪੋਲੀਟੀਕਲ ਲੀਡਰਸ਼ਿਪ ਸੀਗੀ ਵਿਪਰ ਦੀ, ਉਹਨੂੰ ਇਹ ਗੱਲ ਸਮਝ ਆ ਗਈ ਸੀਗੀ ਕਿ ਸਿੱਖ ਬਹੁਤ ਸਾਰੀਆਂ ਬੁਨਿਆਦੀ ਚੀਜ਼ਾਂ ਦੇ ਵਿੱਚ ਪਹਿਲਾਂ ਹੀ ਬਹੁਤ ਤਾਕਤਵਰ ਨੇ। ਇਹਨਾਂ ਨੇ 2 ਸਾਲ ਦੇ ਵਿੱਚ ਇਹ ਸਾਬਤ ਕਰ ਦਿੱਤਾ ਕਿ ਜੇ ਦਿੱਲੀ ਤਖ਼ਤ ਨੂੰ ਕੋਈ ਟੱਕਰ ਦੇ ਸਕਦਾ ਤਾਂ ਉਹ ਸਿੱਖ ਹੀ ਦੇ ਸਕਦੇ ਨੇ, ਜੇ ਉਹ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਚੱਲਣਗੇ। ਸੋ ਸਾਡੇ ਸਿਧਾਂਤ ਦੇ ਵਿੱਚ ਸਾਰਿਆਂ ਦੀ ਭਲਾਈ ਦਾ ਵਿਚਾਰ ਪਿਆ ਸੀ, ਨਿਮਾਣਿਆਂ ਨਿਤਾਣਿਆਂ ਦੀ ਧਿਰ ਬਣਨ ਦਾ ਵਿਚਾਰ ਪਿਆ ਸੀ, ਔਰ ਸਿੱਖਾਂ ਦੇ ਵਿੱਚ ਇਸ ਗੱਲ ਦੀ ਕਾਬਲੀਅਤ ਅਤੇ ਉੱਦਮ ਅਤੇ ਇਸ ਗੱਲ ਦਾ ਇਤਿਹਾਸ ਵੀ ਸੀਗਾ ਕਿ ਉਹ ਸਰਬੱਤ ਦੇ ਭਲੇ ਦੇ ਜਾਮਨ ਬਣ ਸਕਦੇ ਆ ਔਰ ਨਿਮਾਣਿਆਂ ਨਿਤਾਣਿਆਂ ਦੀ ਧਿਰ ਬਣ ਸਕਦੇ ਆ। ਪਰ ਜਿਹੜਾ ਉਹ ਇਹ ਗੱਲ ਸਮਝ ਗਿਆ ਸੀਗਾ ਕਿ ਜੇ ਹੁਣ ਸਿੱਖਾਂ ਨੂੰ ਬਹੁਤ ਛੇਤੀ ਕਿਸੇ ਬੜੇ ਜੰਗ ਦੇ ਵਿੱਚ ਅਸੀਂ ਨਾ ਗ੍ਰਹਿਣ ਕੀਤਾ ਤਾਂ ਬਹੁਤ ਛੇਤੀ ਇੰਡੀਆ ਦਾ ਜਿੰਨਾ ਵੀ ਨਿਮਾਣਾ ਨਿਤਾਣਾ, ਜਿੰਨਾ ਵੀ ਦਿੱਲੀ ਤਖ਼ਤ ਤੋਂ ਨਪੀੜਿਆ ਹੋਇਆ ਲੋਕ ਹੈ, ਉਹਨਾਂ ਨੇ ਸਿੱਖਾਂ ਨੂੰ ਦਿੱਲੀ ਦੀ ਬਾਦਸ਼ਾਹਤ ਦੀ ਕੁਰਸੀ 'ਤੇ ਬਿਠਾ ਦੇਣਾ। ਸੋ ਇਹ ਇੱਕ ਬੁਨਿਆਦੀ ਨੁਕਤਾ ਸੀਗਾ ਜਿਹਦੇ ਕਰਕੇ ਸਾਡੇ ਨਾਲ ਇਹ ਵਤੀਰਾ ਹੋਇਆ। ਇਹ ਗੱਲ ਤੁਹਾਡੇ ਮਨ ਦੇ ਵਿੱਚ ਵਸਣੀ ਚਾਹੀਦੀ ਅਤੇ ਇਹ ਉਸੇ ਹੀ ਸਥਿਤੀ ਦੇ ਵਿੱਚ ਅੱਜ ਆਪਾਂ ਦੁਬਾਰਾ ਪਹੁੰਚ ਗਏ। ਸੋ ਸਾਡੇ ਸਿਧਾਂਤ ਦੇ ਵਿੱਚ ਸਾਰਿਆਂ ਦੀ ਭਲਾਈ ਦਾ ਵਿਚਾਰ ਪਿਆ ਸੀ, ਨਿਮਾਣਿਆਂ ਨਿਤਾਣਿਆਂ ਦੀ ਧਿਰ ਬਣਨ ਦਾ ਵਿਚਾਰ ਪਿਆ ਸੀ, ਔਰ ਸਿੱਖਾਂ ਦੇ ਵਿੱਚ ਇਸ ਗੱਲ ਦੀ ਕਾਬਲੀਅਤ ਅਤੇ ਉੱਦਮ ਅਤੇ ਇਸ ਗੱਲ ਦਾ ਇਤਿਹਾਸ ਵੀ ਸੀਗਾ ਕਿ ਉਹ ਸਰਬੱਤ ਦੇ ਭਲੇ ਦੇ ਜਾਮਨ ਬਣ ਸਕਦੇ ਆ ਔਰ ਨਿਮਾਣਿਆਂ ਨਿਤਾਣਿਆਂ ਦੀ ਧਿਰ ਬਣ ਸਕਦੇ ਆ। 1947 ਤੋਂ ਬਾਅਦ ਜਿਸ ਤਰ੍ਹਾਂ ਦੇ ਹਾਲਾਤ ਇਸ ਉਪ ਮਹਾਂਦੀਪ ਦੇ ਜਾਂ ਇੰਡੀਆ ਦੇ ਬਣੇ, ਉਹਨਾਂ ਦੇ ਵਿੱਚ ਸਿੱਖਾਂ ਦੀ ਹੈਸੀਅਤ ਕੀ ਬਣ ਰਹੀ ਸੀ ਉਹ ਵੀ ਸਾਨੂੰ ਦੇਖਣੀ ਚਾਹੀਦੀ ਹੈ ਜਦੋਂ ਅਸੀਂ ਇਸ ਦਰਬਾਰ ਸਾਹਿਬ ਦੇ ਹਮਲੇ ਦੇ ਸੰਬੰਧ ਦੇ ਵਿੱਚ ਜਾਂ 3ਜੇ ਘੱਲੂਘਾਰੇ ਦੇ ਸੰਬੰਧ ਦੇ ਵਿੱਚ ਪੜਚੋਲ ਕਰਨੀ ਹੈ। ਆਪਾਂ ਸਭ ਨੂੰ ਪਤਾ ਹੈ ਕਿ ਇੰਡੀਆ ਦੇ ਵਿੱਚ ਅੰਨ ਦਾ ਬੜਾ ਵੱਡਾ ਸੰਕਟ ਸੀਗਾ, ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਆਬਾਦੀ ਸੀਗੀ, ਅੰਨ ਦੀ ਪੂਰਤੀ ਨਹੀਂ ਸੀ ਹੁੰਦੀ ਅਤੇ ਉਹ ਅੰਨ ਦੀ ਪੂਰਤੀ ਜਿਹੜੀ ਆ ਉਹਦੇ ਵਾਸਤੇ ਇਹ ਦੂਜੇ ਮੁਲਕਾਂ ਦੇ ਉੱਪਰ ਨਿਰਭਰ ਸੀਗੇ। ਜੇਕਰ ਤੁਸੀਂ ਖਾਣ ਦੇ ਵਾਸਤੇ ਕਿਸੇ ਦੂਜੇ ਦੇ ਉੱਪਰ ਨਿਰਭਰ ਹੋ ਤਾਂ ਬਾਕੀ ਗੱਲਾਂ ਜਿਹੜੀਆਂ ਆ ਉਹ ਪਿੱਛੇ ਪੈ ਜਾਂਦੀਆਂ, ਕਿਉਂਕਿ ਮਨੁੱਖ ਦਿਹਾੜੀ 'ਚ 2-3 ਵਾਰ ਤਾਂ ਉਹਨੂੰ ਭੋਜਨ ਦੀ ਲੋੜ ਪੈਂਦੀ ਹੈ ਨਾ, ਅਤੇ ਬਾਕੀ ਗੱਲਾਂ ਬਾਰੇ ਕੀ ਸੋਚੂਗਾ ਜਦੋਂ ਰੋਟੀ ਨਹੀਂ ਪੂਰੀ ਹੋ ਰਹੀ। ਸੋ 47 ਦੀ ਵੰਡ ਤੋਂ ਬਾਅਦ ਜਿਸ ਸਮੇਂ ਦੀ ਆਪਾਂ ਗੱਲ ਕਰ ਰਹੇ ਹਾਂ ਘੱਲੂਘਾਰੇ ਦੀ, ਉਦੋਂ ਇੰਡੀਆ ਦੀ ਟੋਟਲ ਫੂਡ ਸਿਕਿਉਰਿਟੀ ਜਾਂ ਅੰਨ ਸੁਰੱਖਿਆ ਜਿਹੜੀ ਸੀਗੀ
ਉਹ ਪੰਜਾਬ ਦੇ ਵਿੱਚ ਸੀਗੀ, ਔਰ ਪੰਜਾਬ ਦੇ ਵਿੱਚ ਜਿਹੜਾ ਖੇਤੀਬਾੜੀ ਕਰਨ ਵਾਲਾ ਵਰਗ ਸੀਗਾ ਉਹ ਸਿੱਖ ਹੀ ਸੀ। ਕਹਿਣ ਦਾ ਭਾਵ ਇਹ ਹੈ ਕਿ ਇੰਡੀਆ ਆਪਦੇ ਅਨਾਜ ਕਰਕੇ ਸਿੱਖਾਂ ਦੇ ਉੱਪਰ ਡਿਪੈਂਡੈਂਟ ਸੀਗਾ। ਉਦੋਂ ਤੱਕ ਚੀਨ ਅਤੇ ਪਾਕਿਸਤਾਨ ਦੇ ਨਾਲ ਜੰਗਾਂ ਲੱਗ ਕੇ ਸਾਹਮਣੇ ਆ ਚੁੱਕੀਆਂ ਸੀ। ਉਹਨਾਂ ਜੰਗਾਂ ਦੇ ਵਿੱਚ ਤੁਸੀਂ ਸਾਰੇ ਹੀ ਮੇਰੇ ਖਿਆਲ ਦੇ ਵਿੱਚ ਬਹੁਤਿਆਂ ਨੇ ਦੇਖੀ ਹੋਊਗੀ ਜਾਂ ਵੱਧ ਜਾਣਦੇ ਹੋ ਮੇਰੇ ਤੋਂ ਕਿ ਉਹਦੇ ਦੌਰਾਨ ਵੀ ਇੰਡੀਆ ਦੀ ਜਿਹੜੀ ਐਕਸਟਰਨਲ ਸਿਕਿਉਰਿਟੀ ਸੀਗੀ, ਬਾਹਰੀ ਸੁਰੱਖਿਆ ਸੀਗੀ ਜਾਂ ਫੌਜੀ ਸੁਰੱਖਿਆ ਸੀਗੀ, ਉਹਦਾ ਦਾਰੋਮਦਾਰ ਵੀ ਸਿੱਖ ਫੌਜਾਂ ਦੇ ਉੱਪਰ ਸੀਗਾ। ਉਸ ਤੋਂ ਇਲਾਵਾ ਜੇ ਵਪਾਰ ਦੀ ਗੱਲ ਕਰੀਏ ਤਾਂ ਇੰਡੀਆ ਦੇ ਵਿੱਚ ਜਿੰਨਾ ਵੀ ਵਪਾਰ ਚੱਲਦਾ ਸੀਗਾ ਜਿਹਦੇ ਵਿੱਚ ਸਭ ਤੋਂ ਵੱਡਾ ਸਾਧਨ ਜਿਹੜਾ ਆ ਉਹ ਟਰਾਂਸਪੋਰਟ ਸੀਗੀ। ਟਰਾਂਸਪੋਰਟ ਦੇ ਵਿੱਚ ਤਾਂ ਤਕਰੀਬਨ ਜਿਹੜੇ ਪੰਜਾਬ ਤੋਂ ਬਾਹਰ ਵਾਲੇ ਸਿੱਖ ਸੀਗੇ ਜਾਂ ਪੰਜਾਬ ਦੇ ਸਿੱਖ ਸੀਗੇ ਉਹਨਾਂ ਦੀ ਮਨੋਪਲੀ ਸੀਗੀ ਪੂਰੇ ਇੰਡੀਆ ਦੇ ਵਿੱਚ। ਸੋ ਜਿੰਨੀ ਟਰਾਂਸਪੋਰਟ ਚੱਲ ਰਹੀ ਹੈ ਉਹਦਾ ਦਾਰੋਮਦਾਰ ਵੀ ਸਿੱਖਾਂ ਦੇ ਕੋਲ ਹੈ। ਉਸ ਤੋਂ ਇਲਾਵਾ ਜਿਹੜੇ 47 ਦੀ ਵੰਡ ਵੇਲੇ ਜਿਹੜਾ ਹਿੱਸਾ ਹੁਣ ਪਾਕਿਸਤਾਨ ਹੈ ਜਾਂ ਪੱਛਮੀ ਪੰਜਾਬ ਸੀ, ਉੱਧਰੋਂ ਜਿਹੜੇ ਲੋਕ ਆਏ ਵਪਾਰੀ ਵਰਗ ਖਾਸ ਕਰਕੇ ਸਿੱਖਾਂ ਦਾ ਹਿੱਸਾ, ਉਹ ਵੱਖ ਵੱਖ ਥਾਵਾਂ 'ਤੇ ਇੰਡੀਆ ਦੇ ਵਿੱਚ ਵੱਸੇ ਜਾ ਕੇ, ਜਿਹੜੀ ਉਸ ਸਮੇਂ ਇੰਡਸਟਰੀ ਡਿਵੈਲਪ ਹੋ ਰਹੀ ਸੀ, ਕਿਉਂਕਿ ਪੰਜਾਬ ਦੇ ਵਿੱਚ ਤਾਂ ਕਾਰਖਾਨੇਦਾਰੀ ਨੂੰ ਮਿੱਥ ਕੇ ਨਹੀਂ ਉੱਭਰਨ ਦਿੱਤਾ ਜਾਂ ਇੱਥੇ ਕਾਰਖਾਨੇ ਜਾਂ ਇੰਡਸਟਰੀ ਨਹੀਂ ਆਉਣ ਦਿੱਤੀ, ਪਰ ਬਾਕੀ ਥਾਵਾਂ ਦੇ ਉੱਪਰ ਜਿੱਥੇ ਵੀ ਇੰਡਸਟਰੀ ਆ ਰਹੀ ਸੀ ਸਿੱਖਾਂ ਦਾ ਉਹਦੇ ਵਿੱਚ ਖਾਸਾ ਹਿੱਸਾ ਜਿਹੜਾ ਸੀਗਾ ਉਹ ਸੀ। ਸੋ ਇਹ ਉਹ ਸਿੱਖਾਂ ਦੀ ਹੈਸੀਅਤ ਸੀਗੀ ਆਪ ਦੀ ਸਮਰੱਥਾ ਦੇ ਤੌਰ ਦੇ ਉੱਪਰ। ਸਿਧਾਂਤਕ ਤੌਰ ਦੇ ਉੱਪਰ ਤੁਸੀਂ ਸਰਬੱਤ ਦੇ ਭਲੇ ਦੇ ਜਾਮਣ ਹੋਵੋ, ਨਿਮਾਣਿਆਂ ਨਿਤਾਣਿਆਂ ਦੀ ਧਿਰ ਬਣਨ ਦੀ ਕਾਬਲੀਅਤ ਵੀ ਤੁਹਾਡੇ ਕੋਲ ਹੋਵੇ, ਉੱਦਮ ਵੀ ਹੋਵੇ ਤੁਹਾਡੇ ਕੋਲ, ਇਤਿਹਾਸ ਵੀ ਉਸ ਚੀਜ਼ ਦਾ ਹੋਵੇ, ਤੁਸੀਂ ਫੌਜੀ ਤੌਰ ਦੇ ਉੱਪਰ ਵੀ ਸਮਰੱਥ ਹੋਵੋ, ਦੂਜਾ ਤੁਹਾਡੇ ਉੱਪਰ ਡਿਪੈਂਡੈਂਟ ਹੋਵੇ, ਆਰਥਿਕ ਤੌਰ 'ਤੇ ਆਪਦੀ ਰੋਜ਼ੀ ਰੋਟੀ ਦੇ ਤੌਰ ਦੇ ਉੱਪਰ ਤੁਹਾਡੇ ਉੱਪਰ ਡਿਪੈਂਡ ਹੋਵੇ। ਔਰ ਜਿਸ ਤਰ੍ਹਾਂ ਮੈਂ ਇੱਕ ਉਦਾਹਰਨ ਛੋਟੀ ਜਿਹੀ ਸਾਂਝੀ ਕਰਦਾ ਕਿ ਫਾਰੂਕ ਅਬਦੁੱਲਾ ਨੂੰ ਜਿਹੜਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਕਿਹਾ ਸੀਗਾ ਫੈਡਰਲ ਫਰੰਟ ਬਣਾਉਣ ਦੇ ਵਾਸਤੇ, ਉਹਨੂੰ ਕਿਹਾ ਵੀ ਸੀਗਾ ਵੀ ਭਾਈ ਤੂੰ ਹੁਣ ਜਿਹੜੀ ਗੱਲ ਕਰਕੇ ਚੱਲਿਆ ਇਹਦੇ ਉੱਪਰ ਖੜੀ, ਉਹਦੇ ਵਿੱਚੋਂ ਜਿੰਨੀਆਂ ਵੀ ਇੰਡੀਆ ਦੀ ਸੱਤਾ ਤੋਂ ਲਿਤਾੜੀਆਂ ਹੋਈਆਂ ਧਿਰਾਂ ਸੀਗੀਆਂ ਉਹ ਅਗਵਾਈ ਦੇ ਵਾਸਤੇ ਸਿੱਖਾਂ ਵੱਲ ਨੂੰ ਦੇਖ ਰਹੀਆਂ ਸੀਗੀਆਂ। ਔਰ ਇਤਿਹਾਸ ਦੇ ਵਿੱਚ ਸਿੱਖ ਉਹ ਅਗਵਾਈ ਸਾਰਿਆਂ ਨੂੰ ਦੇ ਚੁੱਕੇ ਸੀਗੇ 18ਵੀਂ ਸਦੀ ਦੇ ਦੌਰਾਨ। ਆਪਾਂ ਨੂੰ ਪਤਾ ਕਿ ਸਹਾਰਨਪੁਰ ਤੱਕ ਸਿੱਖਾਂ ਦਾ ਜਿਹੜਾ ਆ ਉਹ ਰਾਖੀ ਪ੍ਰਬੰਧ ਰਿਹਾ ਸੀਗਾ, ਔਰ ਆਪ ਬਹੁਤੇ ਇਲਾਕੇ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਬਾਰੇ ਦੇ ਵਿੱਚ ਜਦੋਂ ਸੋਚੀਦਾ ਸੀ ਮੇਰੇ ਆਪ ਦੇ ਮਨ ਦੇ ਵਿੱਚ ਇਹ ਆਉਣਾ ਕਿ ਅਸੀਂ ਅਕਸਰ ਇਹ ਵਿਆਖਿਆ ਦਿੰਦੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਕੁਛ ਪਰਸੈਂਟ 10-12% ਸਿੱਖ ਸੀਗੇ, ਬਾਕੀ ਤਾਂ ਸਾਰੇ ਗੈਰ ਸਿੱਖ ਸੀਗੇ। ਵੀ ਇੰਨੀ ਵੱਡੀ ਜਿਹੜੀ ਗੈਰ ਸਿੱਖ ਵਸੋਂ ਸੀਗੀ ਜਾਂ ਮੁਸਲਿਮ ਵਸੋਂ ਸੀਗੀ ਉਹਨਾਂ ਨੇ ਪ੍ਰਵਾਨ ਕਿੱਦਾਂ ਕਰ ਲਿਆ, ਬਿਲਕੁਲ ਧੱਕੇ ਦੇ ਨਾਲ ਰਾਜ ਸਥਾਪਿਤ ਕੀਤਾ ਹੋਵੇ, ਇਸ ਤਰ੍ਹਾਂ ਦੀ ਵੀ ਗੱਲ ਜਿਹੜੀ ਆ ਉਹ ਤੁਹਾਨੂੰ ਸਾਹਮਣੇ ਨਹੀਂ ਆਉਂਦੀ। ਬਲਕਿ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਮਿਲਦੀਆਂ ਨੇ ਕਿ ਮਹਾਰਾਜਾ ਰਣਜੀਤ ਸਿੰਘ ਦਾ ਜਿੱਥੇ ਵੀ ਪ੍ਰਬੰਧ ਸਾਹਿਬ ਜੇ ਲਾਹੌਰ 'ਚ ਹੋਇਆ ਤਾਂ ਉੱਥੋਂ ਦੇ ਸਾਰੇ ਭਾਈਚਾਰਿਆਂ ਨੇ ਖੁਸ਼ੀ ਮਨਾਈ, ਜਾਂ ਕਿੰਨੇ ਇਲਾਕਿਆਂ ਦੇ ਲੋਕ ਜਿਹੜੇ ਸੀਗੇ ਉਹ ਆਪ ਆ ਕੇ ਕਹਿੰਦੇ ਸੀਗੇ ਕਿ ਤੁਸੀਂ ਬਣਾਓ। ਸੋ ਅਸੀਂ ਜਿਹੜੀ ਇਹ ਵਿਆਖਿਆ ਕੱਢੀ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਬਹੁਤ ਨਿਆਂਕਾਰੀ ਸੀਗਾ, ਮੈਨੂੰ ਇਹ ਲੱਗਦਾ ਸੀ ਵੀ ਨਿਆਂਕਾਰੀ ਤਾਂ ਰਾਜ ਉਦੋਂ ਹੋਊਗਾ ਨਾ ਜਦੋਂ ਰਾਜ ਸਥਾਪਿਤ ਹੋ ਗਿਆ, ਅਤੇ ਸਥਾਪਿਤ ਹੋਣ ਤੋਂ ਬਾਅਦ ਤੁਸੀਂ ਨਿਆਂ ਕਰ ਰਹੇ ਹੈ ਤਾਂ ਉਦੋਂ ਤਾਂ ਕਿਸੇ ਨੂੰ ਪਤਾ ਲੱਗ ਗਿਆ ਕਿ ਤੁਸੀਂ ਨਿਆਂਕਾਰੀ ਹੋ। ਤੁਹਾਡਾ ਰਾਜ ਆਉਣ ਤੋਂ ਪਹਿਲਾਂ ਕਿਸੇ ਨੂੰ ਕਿੱਦਾਂ ਪਤਾ ਆ ਕਿ ਤੁਹਾਡਾ ਰਾਜ ਨਿਆਂਕਾਰੀ ਹੋਣਾ ਆ? ਤਾਂ ਉਹਦੇ ਵਿੱਚ ਵੱਡੀ ਜਿਹੜੀ ਗੱਲ ਜਦੋਂ ਇਤਿਹਾਸ ਨੂੰ ਪੜਚੋਲਦੇ ਹੋਏ ਸਾਹਮਣੇ ਆਉਂਦੀ ਹੈ ਕਿ ਰਾਜ ਸਥਾਪਿਤ ਹੋਣ ਤੋਂ ਪਹਿਲਾਂ ਜਿਹੜਾ ਸਿੱਖਾਂ ਨੇ ਰਾਖੀ ਪ੍ਰਬੰਧ ਸਥਾਪਿਤ ਕੀਤਾ ਸੀਗਾ,
ਕਿ ਹਰ ਤਰ੍ਹਾਂ ਦੇ ਫਾਲਤੂ ਮਸੂਲ ਤੋਂ ਤੁਹਾਨੂੰ ਅਸੀਂ ਸੁਰੱਖਿਆ ਜਾਂ ਜਾਮ ਨਹੀਂ ਦਿਆਂਗੇ, ਹਰ ਤਰ੍ਹਾਂ ਦੇ ਧਾੜਵੀਆਂ ਤੋਂ ਸੁਰੱਖਿਆ ਦਿਆਂਗੇ, ਲੁਟੇਰਿਆਂ ਤੋਂ ਦਿਆਂਗੇ ਔਰ ਸਰਕਾਰੀ ਤਸ਼ੱਦਦ ਤੋਂ ਸੁਰੱਖਿਆ ਦਿਆਂਗੇ। ਉਹਦੇ ਬਦਲੇ ਦੇ ਵਿੱਚ ਬਹੁਤ ਸਾਰੇ ਜਿਹੜੇ ਉਹ ਰਾਖੀ ਜਿਹੜੀ ਸਿੱਖ ਆਪਣੀ ਸਥਾਪਿਤ ਕਰਦੇ ਸੀਗੇ, ਬਹੁਤ ਸਾਰੇ ਪਿੰਡ ਜਾਂ ਇਲਾਕਿਆਂ ਦੇ ਜਿਹੜੇ ਮੋਹਤਬਰ ਸੀਗੇ, ਉਹਨਾਂ ਨੇ ਇਹ ਦੇਖਿਆ ਕਿ ਇਹ ਲੋਕ ਨੇ ਜਿਹੜੇ ਸਾਨੂੰ ਨਿਆਂਕਾਰੀ ਪ੍ਰਬੰਧ ਦੇ ਸਕਦੇ ਆ। ਸੋ ਉਹ ਰਾਖੀ ਪ੍ਰਬੰਧ ਜਿਹੜਾ ਸੀਗਾ ਉਹ ਇਸ ਸਾਰੇ ਖਿੱਤੇ ਦੇ ਵਿੱਚ ਸਿੱਖਾਂ ਨੇ ਆਪਣਾ ਰਾਜ ਬਣਨ ਤੋਂ ਪਹਿਲਾਂ ਸਥਾਪਿਤ ਕੀਤਾ, ਜਿਹੜਾ ਇਸ ਗੱਲ ਦਾ ਜ਼ਾਮਨ ਸੀਗਾ ਕਿ ਤੁਸੀਂ ਸਾਰਿਆਂ ਦੀ ਧਿਰ ਬਣ ਸਕਦੇ ਹੋ। ਫਿਰ ਪੰਜਾਬ ਦਾ ਜਿਹੜਾ ਖਿੱਤਾ ਆ, ਇਹਦੀ ਜੇਕਰ ਤੁਸੀਂ ਭੂਗੋਲਿਕ ਸਥਿਤੀ ਦੇਖੋ ਕਿ ਤੁਸੀਂ ਦੁਨੀਆ ਦਾ ਜਿਹੜਾ ਸਭ ਤੋਂ ਵਿਵਾਦਿਤ ਇਲਾਕੇ ਹੈ, ਜਿਹਨੂੰ ਯੂਨਾਈਟਿਡ ਨੇਸ਼ਨ ਦੀ ਸਿਕਿਉਰਿਟੀ ਕੌਂਸਲ ਦੇ ਮਤੇ ਪਏ ਹੋਏ ਹੈ, ਭਾਵ ਕਿ ਜੰਮੂ ਕਸ਼ਮੀਰ ਦਾ ਇਲਾਕਾ, ਉਹ ਦੋ ਵੱਡੀਆਂ ਤਾਕਤਾਂ ਦੇ ਦਰਮਿਆਨ ਤੀਜੀ ਵੀ ਹੈ, ਕਿਉਂਕਿ ਚੀਨ ਨੇ ਵੀ ਕਾਫੀ ਸਾਰਾ ਹਿੱਸਾ ਉਹਦਾ ਦੱਬਿਆ ਹੋਇਆ। ਹੁਣ ਤਾਂ ਲੱਦਾਖ ਵਾਲਾ ਮਸਲਾ ਤਾਜ਼ਾ ਹੋ ਕੇ ਹਟਿਆ, ਸਭ ਨੂੰ ਪਤਾ ਆ ਕਿ ਉੱਥੇ ਤਿੰਨ ਧਿਰਾਂ ਦਾ ਵੱਡਾ ਇੰਟਰਸਟ ਜਿਹੜਾ ਉਹ ਜੁੜਿਆ ਹੋਇਆ ਸੀ। ਇੰਡੀਆ ਦਾ ਜਿੰਨਾ ਵੀ ਫੌਜੀ ਲਾਂਘਾ ਆ ਉਹ ਸਾਰਾ ਇਸ ਪੰਜਾਬ ਦੇ ਖਿੱਤੇ ਦੇ ਵਿੱਚ ਦੀ ਹੈ, ਕਸ਼ਮੀਰ ਤੱਕ। ਸੋ ਆਪ ਦੀ ਸਥਿਤੀ ਕਰਕੇ ਵੀ ਜਿਸ ਖਿੱਤੇ ਦੇ ਵਿੱਚ ਤੁਸੀਂ ਬਹੁ ਗਿਣਤੀ ਦੇ ਵਿੱਚ ਬੈਠੇ ਹੋਏ ਹੋ, ਉਹ ਖਿੱਤਾ ਆਲਮੀ ਤੌਰ ਦੇ ਉੱਪਰ ਜਾਂ ਕੌਮਾਂਤਰੀ ਤੌਰ ਦੇ ਉੱਪਰ ਮਹੱਤਵ ਰੱਖਦਾ ਆ। ਔਰ ਜਿਸ ਸਮੇਂ ਜਿਸ ਤਰ੍ਹਾਂ ਦੇ ਜੀਓਪੋਲੀਟੀਕਲ ਹਾਲਾਤ ਸੀਗੇ ਉਸ ਸਮੇਂ ਦੇ ਦੌਰਾਨ, ਉਹਦੇ ਵਿੱਚ ਸਿੱਖ ਇੱਕ ਬੜੀ ਵੱਡੀ ਤਾਕਤ ਬਣ ਕੇ ਆਉਂਦੇ ਸੀਗੇ। ਇੱਕ ਰਸ਼ੀਆ ਦਾ ਜਸੂਸ ਸੀਗਾ, ਜਦੋਂ ਸੋਵੀਅਤ ਰਸ਼ੀਆ ਟੁੱਟਿਆ ਤਾਂ ਉਹ ਕਾਫੀ ਸਾਰੇ ਟਰੱਕ ਜਿਹੜੇ ਆ ਉਹ ਦਸਤਾਵੇਜ਼ਾਂ ਦੇ ਭਰ ਕੇ ਉੱਥੋਂ ਲੈ ਗਿਆ ਸੀ। ਬਾਅਦ ਦੇ ਵਿੱਚ ਉਹਨੇ ਆਪਣੇ ਆਰਕਾਈਵ ਦੇ ਤੌਰ ਦੇ ਉੱਪਰ ਕਿਤਾਬਾਂ ਛਾਪੀਆਂ। ਜਦੋਂ ਉਹਨਾਂ ਕਿਤਾਬਾਂ ਨੂੰ ਦੇਖਦੇ ਹਾਂ ਤਾਂ ਉਹਦੇ ਵਿੱਚ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਰਸ਼ੀਆ ਦੀ ਜਿਹੜੀ ਏਜੰਸੀ ਸੀਗੀ KGB, ਉਹਨਾਂ ਨੇ CIA ਜਿਹੜੀ ਅਮਰੀਕਾ ਦੀ ਖੁਫੀਆ ਏਜੰਸੀ ਸੀ ਉਹਦੇ ਲੈਟਰ ਹੈੱਡ ਫੋਰਜ ਕਰਕੇ, ਭਾਵ ਨਕਲੀ ਤਿਆਰ ਕਰਕੇ, ਉਹਦੇ ਉੱਪਰ ਇੱਕ ਚਿੱਠੀ ਬਣਾਈ ਸੰਤ ਜਰਨੈਲ ਸਿੰਘ ਦੇ ਨਾਂ 'ਤੇ। ਅਤੇ ਉਹ ਚਿੱਠੀ ਫਿਰ ਕਿਸੇ ਖਾਸ ਸੂਤਰਾਂ ਦੇ ਰਾਹੀਂ, ਜਿਨ੍ਹਾਂ ਦੇ ਉੱਪਰ ਇੰਦਰਾ ਗਾਂਧੀ ਭਰੋਸਾ ਕਰ ਸਕੇ, ਉਹਦੇ ਰਾਹੀਂ ਇੰਦਰਾ ਗਾਂਧੀ ਤੱਕ ਪਹੁੰਚਾਈ ਕਿ ਤਾਂ ਕਿ ਉਹਨੂੰ ਇਸ ਗੱਲ ਦਾ ਯਕੀਨ ਆਵੇ ਕਿ ਜਿਹੜਾ ਇਹ ਪੰਜਾਬ 'ਚ ਘਟਨਾਕ੍ਰਮ ਵਾਪਰ ਰਿਹਾ ਇਹਦੇ ਪਿੱਛੇ ਪਾਕਿਸਤਾਨ ਅਤੇ ਅਮਰੀਕਾ ਦੀ ਏਜੰਸੀ CIA ਦਾ ਹੱਥ ਹੈ। ਸੋ ਕਹਿਣ ਦਾ ਭਾਵ ਕਿ ਉਸ ਸਮੇਂ ਆਲਮੀ ਇੰਟਰਸਟ ਜਾਂ ਇੰਟਰਨੈਸ਼ਨਲ ਇੰਟਰਸਟ ਵੀ ਇਸ ਖਿੱਤੇ ਦੇ ਵਿੱਚ ਸ਼ਾਮਿਲ ਸੀਗੇ, ਜਿਨ੍ਹਾਂ ਸਾਰਿਆਂ ਦੇ ਵਿੱਚੋਂ ਜਦੋਂ ਆਪਾਂ ਵਿਚਾਰਦੇ ਹਾਂ ਤਾਂ ਅਜਿਹੇ ਹਾਲਾਤ ਦੇ ਵਿੱਚੋਂ ਇਹ ਕੋਈ ਵਕਤੀ ਕਾਰਨਾਂ ਕਰਕੇ, ਕਿਸੇ ਖਿੱਝ ਕਰਕੇ, ਕਿਸੇ ਦੀ ਨਿੱਜੀ ਰੰਜਿਸ਼ ਕਰਕੇ, ਜਾਂ ਕੋਈ ਦੋ ਪਾਰਟੀਆਂ ਦੇ ਟਕਰਾਅ ਕਰਕੇ, ਜਾਂ ਕਿਸੇ ਖਾਸ ਘਟਨਾਕ੍ਰਮ ਕਰਕੇ ਨਹੀਂ ਸੀ ਵਾਪਰਿਆ। ਇਹ ਹਮਲਾ ਬੇਸਿਕਲੀ ਸਿੱਖਾਂ ਦੀ ਜਿਹੜੀ ਸਮਰੱਥਾ ਖੜੀ ਹੋ ਰਹੀ ਸੀਗੀ ਜਾਂ ਸਿੱਖਾਂ ਦੇ ਅੰਦਰ ਜਿਹੜਾ ਇੱਕ ਸਵੈ ਮਾਣ ਸੀਗਾ ਉਹਨੂੰ ਤੋੜਨ ਦੇ ਵਾਸਤੇ ਵਾਪਰਿਆ। ਮੈਂ ਥੋੜ੍ਹੀ ਜਿਹੀ ਜੇ ਸਿੱਖ ਪੰਥ ਦੇ ਨਾਲ, ਖਾਲਸਾ ਪੰਥ ਦੇ ਨਾਲ, ਸਿੱਖ ਸੰਗਤ ਦੇ ਨਾਲ ਕਿਸੇ ਦਾ ਵੈਰ ਹੈ ਕਿਸੇ ਇੱਕ ਸਮੂਹ ਦਾ, ਤਾਂ ਸਮਝੋ ਉਹ ਤੁਹਾਡੇ ਗੁਣਾਂ ਤੋਂ ਪ੍ਰਭਾਵਿਤ ਹੈ। ਅਤੇ ਉਹ ਗੁਣ ਸਾਨੂੰ ਲੱਭਣ ਦੀ ਬਹੁਤ ਜ਼ਰੂਰਤ ਹੈ ਕਿ ਕਿਹੜੇ ਗੁਣਾਂ ਕਰਕੇ ਸਾਡੇ 'ਤੇ ਇਹ ਹਮਲਾ ਹੋਇਆ। ਤਾਂ ਉਹ ਗੁਣ ਇਹ ਸੀਗਾ ਕਿ 47 ਅਤੇ ਹੱਲਿਆਂ ਤੋਂ ਬਾਅਦ ਜਦੋਂ ਇਸ ਖਿੱਤੇ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਰਾਜਨੀਤਿਕ ਉਥਲ ਪੁਥਲ ਹੋਈ, ਜਿਹਦੇ ਵਿੱਚ ਸਭ ਤੋਂ ਵੱਡਾ ਨੁਕਸਾਨ ਸਿੱਖਾਂ ਨੇ ਚੱਲਿਆ, ਸਿੱਖਾਂ ਦੀਆਂ ਬੇਸ਼ੁਮਾਰ ਜਾਇਦਾਦਾਂ ਉੱਥੇ ਰਹਿ ਗਈਆਂ ਅਤੇ ਆਪਣੀ ਜਾਨ ਤੋਂ ਪਿਆਰੇ ਅਸਥਾਨ ਗੁਰਧਾਮ ਉੱਥੇ ਰਹਿ ਗਏ, ਜਿਹਦੇ ਕਰਕੇ ਬੜੀ ਅਸਹਿ ਪੀੜਾ 'ਚੋਂ ਲੰਘਣਾ ਪਿਆ। ਲੱਖਾਂ ਕਤਲ ਹੋਏ,
ਸਾਡੀਆਂ ਮਾਵਾਂ ਭੈਣਾਂ ਧੀਆਂ ਦੀਆਂ ਬੇਇੱਜ਼ਤੀਆਂ ਹੋਈਆਂ ਔਰ ਇੱਕ ਦੋ ਦਹਾਕੇ ਤਾਂ ਖਾਨਾ ਵਿਦੋਸ਼ਾਂ ਵਾਂਗੂ ਤੁਰਦੇ ਫਿਰਦੇ ਹੀ ਰਹਿਣਾ ਪਿਆ। ਤੋ ਪਰ 47 ਤੋਂ ਲੈ ਕੇ 77 ਤੱਕ ਆਉਂਦਿਆਂ ਆਉਂਦਿਆਂ ਇਸ ਤਰ੍ਹਾਂ ਦੇ ਕਿਹੜੇ ਗੁਣ ਸਾਡੇ 'ਚ ਪ੍ਰਗਟ ਹੋ ਗਏ ਜਿਹਦੇ ਕਰਕੇ ਸਰਕਾਰ ਨੂੰ 77 ਤੋਂ ਬਾਅਦ ਤੁਸੀਂ ਦੇਖ ਲਓ ਕਿ ਸਾਹ ਨਹੀਂ ਲੈਣ ਦਿੱਤਾ ਮੁੜ ਕੇ ਸਰਕਾਰ ਨੇ, ਉਹ ਲਗਾਤਾਰ ਹੀ ਹਮਲੇ 'ਤੇ। ਉਹ ਗੁਣ ਜ਼ਰੂਰ ਆਪਾਂ ਨੂੰ ਪਛਾਣਨ ਦੀ ਲੋੜ ਹੈ। ਅਤੇ ਉਹ ਗੁਣ ਕਿਹੜਾ ਸੀਗਾ? ਬੁਨਿਆਦੀ ਗੁਣ ਇਹ ਸੀਗਾ ਕਿ 75 ਤੋਂ ਲੈ ਕੇ 77 ਤੱਕ ਸਿੱਖਾਂ ਦੇ ਜਿਹੜੇ ਮਹਾਰਾਜ ਨੇ ਸਿੱਖਾਂ ਨੂੰ ਪਾਤਸ਼ਾਹੀ ਬਖਸ਼ੀ, ਜਿਹੜੀ ਮਹਾਰਾਜ ਜਿਹੜੀ ਸਾਡੀ ਪਾਤਸ਼ਾਹੀ ਦਾ ਦਾਅਵਾ ਇਹ ਮਹਾਰਾਜ ਨੇ ਆਪਾਂ ਨੂੰ ਦਿੱਤਾ ਹੋਇਆ, ਅਤੇ ਉਹਦੇ ਨਕਸ਼ ਪ੍ਰਗਟ ਹੋਣੇ ਸ਼ੁਰੂ ਹੋ ਗਏ ਸੀਗੇ। ਉਸ ਪਾਤਸ਼ਾਹੀ ਦੇ ਨਕਸ਼ ਹਿੰਦੁਸਤਾਨ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਉੱਕਰਨ ਲੱਗ ਗਏ ਸੀਗੇ ਕਿ ਇਸ ਦਿੱਲੀ ਦੇ ਤਖ਼ਤ ਦੇ ਅਸਲ ਅਤੇ ਨਿਆਂ ਕਰਨ ਯੋਗ ਜਿਹੜੇ ਵਾਰਸ ਹੈ ਉਹ ਸਿੱਖ ਨੇ। ਉਹ ਨਕਸ਼ ਜਿਹੜੇ ਉੱਭਰਨ ਲੱਗ ਗਏ ਸੀਗੇ, ਉਸ ਤੋਂ ਪਰੇਸ਼ਾਨ ਹੋ ਕੇ ਇਹ ਜਿਹੜਾ ਦਿੱਲੀ ਤਖ਼ਤ ਹੈ ਜਿਹਦਾ ਹੁਣ ਦੇ ਹਾਕਮ ਜਿਹੜੇ ਵਿੱਪਰ ਨੇ, ਉਹਨਾਂ ਨੇ ਇਹ ਹਮਲੇ ਦੀਆਂ ਬੇਅੰਤ ਬਣਾਈਆਂ ਨੇ। ਅਤੇ ਉਹ ਨਕਸ਼ ਕਿੱਦਾਂ ਲੋਕਾਂ ਦੇ ਮਨ ਦੇ ਵਿੱਚ ਉੱਭਰੇ, ਉਹਦੇ ਵਿੱਚ ਚਾਰ ਚੀਜ਼ਾਂ ਗਿਣਨੀਆਂ ਬਹੁਤ ਜ਼ਰੂਰੀ ਨੇ। ਇੱਕ ਇਹ ਕਿ ਕਿਸੇ ਵੀ ਮੁਲਕ ਨੇ, ਕਿਸੇ ਵੀ ਸਮਾਜ ਨੇ ਜੇ ਸੁੱਖ ਦਾ ਜੀਵਨ ਜੀਣਾ ਤਾਂ ਸਭ ਤੋਂ ਬੁਨਿਆਦੀ ਲੋੜ ਦੋ ਵਕਤ ਦੀ ਰੋਟੀ ਦੀ ਆ। ਸਿਰ 'ਤੇ ਛੱਤ ਨਾ ਹੋਏ ਤਾਂ ਸਰ ਜਾਂਦਾ, ਕੱਪੜਾ ਵੀ ਥੋੜ੍ਹਾ ਮਿਲ ਜਾਏ, ਤਨ ਢੱਕਣ ਜੋਗਾ ਹੀ ਮਿਲ ਜਾਏ, ਖਾਹਿਸ਼ ਅਨੁਸਾਰ ਨਾ ਮਿਲੇ ਤਦ ਵੀ ਸਰ ਜਾਂਦਾ, ਪਰ ਦੋ ਵਕਤ ਦੀ ਰੋਟੀ ਨਾ ਮਿਲੇ ਤਾਂ ਅਗਲਾ ਸੂਰਜ ਸੌਖਾ ਨਹੀਂ ਚੜ੍ਹਦਾ ਹੈ। ਤੋ ਸਭ ਤੋਂ ਬੁਨਿਆਦੀ ਚੀਜ਼ ਹੈ ਜਿਹੜੀ ਸਮਾਜ ਨੂੰ ਚੈਨ ਦੇ ਨਾਲ ਜਿਉਂਦਾ ਰੱਖਣ ਦੇ ਲਈ, ਚੈਨ ਦੇ ਨਾਲ ਚੱਲਣ ਲਈ ਉਹ ਦੋ ਵਕਤ ਦੀ ਰੋਟੀ। ਅਤੇ ਉਹ ਦੋ ਵਕਤ ਦੀ ਰੋਟੀ ਦੇ ਲਈ ਹਿੰਦੁਸਤਾਨ ਸਾਰਾ 75 ਤੱਕ ਜਾਂਦਿਆਂ ਜਾਂਦਿਆਂ 70 ਤੱਕ ਜਾਂਦਿਆਂ ਜਾਂਦਿਆਂ ਸਿੱਖਾਂ 'ਤੇ ਨਿਰਭਰ ਹੋ ਗਿਆ ਸੀਗਾ ਅਤੇ ਅੱਜ ਤੱਕ ਨਿਰਭਰ ਹੈ। ਜੇ ਦੋ ਵਕਤ ਦੀ ਰੋਟੀ ਮਿਲ ਜਾਏ ਤੁਹਾਨੂੰ, ਉਸ ਤੋਂ ਬਾਅਦ ਤੁਹਾਡੀ ਖੁਸ਼ਹਾਲੀ ਦੀ ਵਾਰੀ ਆਉਂਦੀ। ਖੁਸ਼ਹਾਲੀ ਦਾ ਆਧਾਰ ਹਰੇਕ ਸਮਾਜ ਦੇ ਵਿੱਚ ਵਪਾਰ ਹੁੰਦਾ ਅਤੇ ਵਪਾਰ ਦਾ ਆਧਾਰ ਟਰਾਂਸਪੋਰਟੇਸ਼ਨ ਹੈ। ਤੁਸੀਂ ਕੋਈ ਵੀ ਚੀਜ਼ ਮੈਨੂਫੈਕਚਰ ਕਰ ਲਈ, ਬਣਾ ਲਈ, ਉਹ ਜਿੱਥੇ ਫੈਕਟਰੀ ਆ ਉੱਥੇ ਨਹੀਂ ਵਿਕਣੀ ਹੈ, ਉਹ ਵੇਚਣ ਲਈ ਕਿਤੇ ਲੈ ਕੇ ਜਾਣੀ ਪੈਣੀ ਅਤੇ ਉਹਦੇ ਲਈ ਟਰਾਂਸਪੋਰਟੇਸ਼ਨ ਚਾਹੀਦੀ। ਅਤੇ ਜੋ 47 ਤੋਂ ਲੈ ਕੇ 75 ਤੱਕ ਟਰਾਂਸਪੋਰਟੇਸ਼ਨ ਦਾ ਮੋਡ ਡਿਵੈਲਪ ਹੋਇਆ ਮੋਟਰ ਗੱਡੀਆਂ ਦਾ, ਸਿੱਖਾਂ ਦੀ ਟੋਟਲ ਮਨੋਪਲੀ ਸੀਗੀ ਉਹਦੇ 'ਚ, ਇਕੱਲੇ ਪੰਜਾਬ 'ਚ ਨਹੀਂ, ਇਕੱਲੇ ਨੌਰਥ ਇੰਡੀਆ 'ਚ ਨਹੀਂ, ਬਿਲਕੁਲ ਪੂਰਬ ਈਸਟ ਦੇ ਵਿੱਚ ਚਲੇ ਜਾਓ, ਚਾਹੇ ਦੁਰਗ ਹੈ, ਚਾਹੇ ਕਲਕੱਤਾ, ਚਾਹੇ ਉੱਥੇ ਦੀਆਂ ਖਾਨਾਂ ਨੇ, ਚਾਹੇ ਦੱਖਣ ਦੇ ਵਿੱਚ ਚਲੇ ਜਾਓ ਨਾਗਪੁਰ ਹੈ, ਚਾਹੇ ਤਾਮਿਲਨਾਡੂ ਤੱਕ ਚਲੇ ਜਾਓ, ਚੇਨਈ ਤੱਕ, ਲੁਧਿਆਣੇ ਜ਼ਿਲ੍ਹੇ ਦੇ ਵਿੱਚ ਤਾਂ ਜਿਹੜੇ ਤੁਸੀਂ ਰਹਿੰਦੇ ਹੋ ਤੁਹਾਨੂੰ ਤਾਂ ਖਾਸ ਪਤਾ ਹੋਣਾ ਕਿ ਲੁਧਿਆਣੇ ਜ਼ਿਲ੍ਹੇ ਦੇ ਤਾਂ ਬਹੁਤ ਸਾਰੇ ਲੋਕਾਂ ਦੀ ਮਨੋਪਲੀ ਸੀਗੀ ਇਸ ਕਿੱਤੇ ਦੇ ਵਿੱਚ। ਤਾਂ ਟ੍ਰੇਡ ਚੱਲਣਾ ਟਰਾਂਸਪੋਰਟੇਸ਼ਨ ਦੇ ਸਿਰ 'ਤੇ, ਉਹਦੇ ਵਿੱਚ ਸਿੱਖਾਂ ਦੀ ਟੋਟਲ ਮਨੋਪਲੀ ਸੀਗੀ ਇੰਡੀਆ 'ਚ। ਜੇ ਖੁਸ਼ਹਾਲੀ ਵੀ ਹੋ ਜਾਏ ਤਾਂ ਫਿਰ ਉਸ ਤੋਂ ਅਗਲਾ ਮਸਲਾ ਕਿਸੇ ਵੀ ਸਮਾਜ ਲਈ ਉਦੋਂ ਆਉਂਦਾ ਹੁੰਦਾ ਵੀ ਜਦ ਸਮਾਜ ਖੁਸ਼ਹਾਲ ਹੋਣ ਲੱਗ ਜਾਏ ਤਾਂ ਫਿਰ ਬਾਹਰੀ ਹਮਲੇ ਹੁੰਦੇ। ਤਾਂ ਬਾਹਰੀ ਹਮਲੇ ਕਿਹਨੇ ਡਿਫੈਂਡ ਕਰਨੇ? ਉਹ ਫੌਜ ਨੇ ਕਰਨੇ ਹੁੰਦੇ। ਅਤੇ ਜਿਸ ਤਰੀਕੇ ਦੀ 47 ਦੇ ਵਿੱਚ ਤੱਕ ਫੌਜ ਦਾ ਹਿਸਾਬ ਹੋਰ ਸੀਗਾ, ਉਹ ਬਹੁਤ ਸਧਾਰਨ ਜਿਹਾ ਹੀ ਹੁੰਦਾ ਸੀਗਾ। 47 ਤੋਂ ਲੈ ਕੇ 75 ਤੱਕ ਜਿਸ ਤਰੀਕੇ ਦੇ ਨਾਲ ਵਿਗਿਆਨ ਨੇ, ਤਕਨੀਕ ਨੇ ਤਰੱਕੀ ਕੀਤੀ, ਉਦੋਂ ਤੱਕ ਫੌਜ ਦੇ ਵਿੱਚ ਲੜਨ ਦੇ ਨਵੇਂ ਤਰੀਕੇ ਆਏ, ਏਅਰਫੋਰਸ ਦਾ ਬੜਾ ਮਹੱਤਵ ਵੱਧ ਗਿਆ ਅਤੇ ਸਿੱਖਾਂ ਦੀ ਸਾਰੀ ਨਿਰਭਰਤਾ ਏਅਰਫੋਰਸ ਦੇ ਵਿੱਚ ਸਿੱਖਾਂ 'ਤੇ ਸੀਗੀ ਇੰਡੀਆ ਦੀ। ਆਰਮੀ ਦੇ ਵਿੱਚ ਤਾਂ ਪਹਿਲਾਂ ਤਾਂ ਹੀ ਸਿੱਖ ਸੀਗੇ। ਤਾਂ ਜੇ ਕੋਈ ਬਾਹਰੀ ਐਗਰੈਸ਼ਨ ਹੁੰਦਾ
ਤਾਂ ਉਹਨੂੰ ਡਿਫੈਂਡ ਕਰਨ ਦੇ ਲਈ ਵੀ ਇੰਡੀਆ ਦੀ ਸਾਰੀ ਨਿਰਭਰਤਾ ਸਿੱਖਾਂ 'ਤੇ ਸੀਗੀ, ਜਿਹੜੀ ਅੱਜ ਵੀ ਹੈ। ਜਿਹੜਾ ਥੋਕ ਦਾ ਵਪਾਰ ਹੈ ਇੰਡੀਆ ਦਾ, ਜਿੰਨਾ ਪਾਕਿਸਤਾਨ ਤੋਂ ਵਪਾਰੀ ਆਇਆ, ਸਿੱਖ ਵਪਾਰੀ ਆਇਆ, ਉਸ ਨੇ ਸਾਰੇ ਇੰਡੀਆ ਦੇ ਸ਼ਹਿਰਾਂ ਦੇ ਵਿੱਚ ਗਏ ਅਤੇ ਜਿੱਡੇ ਥੋਕ ਦੇ ਵੱਡੇ ਵਪਾਰੀ ਸੀਗੇ ਉਹਦੇ ਵਿੱਚ ਵੀ ਸਿੱਖਾਂ ਦਾ ਇੱਕ ਅਹਿਮ ਹਿੱਸਾ ਬਣ ਗਿਆ ਸੀਗਾ, ਜੇ ਮਨੋਪਲੀ ਨਹੀਂ ਸੀਗੀ ਬਟ ਵੱਡਾ ਅਹਿਮ ਹਿੱਸਾ ਬਣ ਗਿਆ ਸੀਗਾ। ਜੇ ਅਫਸਰਾਂ ਦੀ ਗੱਲ ਕਰਨੀ ਸਿਵਲ ਦੇ, ਜਿੱਥੇ ਵੀ ਕ੍ਰਾਈਸਿਸ ਹੋਏ ਤਾਂ ਸਿੱਖਾਂ ਦੇ ਅਫਸਰਾਂ ਨੂੰ ਭੇਜਣਾ ਪੈਂਦਾ ਸੀਗਾ, ਐਫੀਸ਼ੀਐਂਟ ਅਫਸਰ ਸਿੱਖਾਂ 'ਚੋਂ ਹੀ ਆਉਂਦੇ ਸੀਗੇ। ਤਾਂ ਇੰਡੀਆ ਇਨ ਜਨਰਲ ਜਿਹੜੀਆਂ ਸਭ ਤੋਂ ਬੁਨਿਆਦੀ ਚੀਜ਼ਾਂ ਸੀਗੀਆਂ ਉਹਨਾਂ ਦੇ ਮਸਲੇ 'ਚ ਸਿੱਖਾਂ 'ਤੇ ਨਿਰਭਰ ਹੋ ਗਿਆ ਸੀਗਾ। ਇੰਦਰਾ ਗਾਂਧੀ ਦੀ ਘੱਲੂਘਾਰੇ ਤੋਂ 3 ਕੁ ਮਹੀਨੇ ਪਹਿਲਾਂ ਦੀ ਇੱਕ ਇੰਟਰਵਿਊ ਆ, ਉਹ ਸੁਣਨ ਵਾਲੀ। ਉਹਦੇ ਵਿੱਚ ਉਹ ਆਪ ਮੰਨਦੀ ਆ ਕਿ ਸਿੱਖ ਇੰਡੀਆ ਦੇ ਵਿੱਚ ਬਾਕੀ ਸਾਰੀਆਂ ਕੌਮਾਂ ਤੋਂ ਵੱਧ ਤੇਜ਼ੀ ਰਫ਼ਤਾਰ ਦੇ ਨਾਲ ਤਰੱਕੀ ਕਰ ਗਏ। ਇਸ ਗੱਲ ਦੀ ਖੁਸ਼ੀ ਨਹੀਂ ਸੀਗੀ, ਇਸ ਗੱਲ ਤੋਂ ਬੜਾ ਜੱਬ ਖੜ ਗਿਆ ਸੀਗਾ। ਇਹ ਸਾਰੀਆਂ ਨਿਰਭਰਤਾ ਜਿਹੜੀਆਂ ਸੀਗੀਆਂ ਉਹਦੇ ਤੋਂ ਖਤਰਾ ਉਹਨਾਂ ਨੂੰ ਉਦੋਂ ਬਹੁਤ ਜ਼ਿਆਦਾ ਵੱਧ ਗਿਆ ਜਦੋਂ 75 ਦੇ ਵਿੱਚ ਐਮਰਜੈਂਸੀ ਲੱਗੀ। ਐਮਰਜੈਂਸੀ ਸਾਰੀ ਇੰਡੀਆ 'ਚ ਹੀ ਲੱਗੀ, ਇਕੱਲੇ ਪੰਜਾਬ 'ਚ ਨਹੀਂ ਲੱਗੀ ਜਾਂ ਸਿੱਖਾਂ 'ਤੇ ਨਹੀਂ ਲੱਗੀ। ਉਹਦਾ ਵਿਰੋਧ ਕਾਂਗਰਸ ਪਾਰਟੀ ਤੋਂ ਬਿਨਾਂ ਸਾਰਿਆਂ ਨੇ ਕੀਤਾ, ਚਾਹੇ ਉਹ ਖੇਤਰੀ ਪਾਰਟੀਆਂ ਸੀਗੀਆਂ, ਚਾਹੇ ਧਰਮ ਅਧਾਰਤ ਪਾਰਟੀਆਂ ਸੀਗੀਆਂ, ਚਾਹੇ ਖੱਬੇ ਪੱਖੀ ਪਾਰਟੀਆਂ ਸੀਗੀਆਂ, ਚਾਹੇ ਹੁਣ ਵਾਲੀ ਜਿਹੜੀ BJP ਇਹ ਜਨਸੰਘ ਸੀਗੀ ਉਦੋਂ, ਚਾਹੇ ਇਹ ਸੀਗੀ, ਹਰੇਕ ਨੇ ਕੀਤਾ। ਪਰ ਜਿੰਨੀ ਕਰੜੀ 2 ਸਾਲ ਦੇ ਵਿੱਚ ਜਿਹੜਾ ਦਿੱਲੀ ਤਖ਼ਤ ਦਾ ਅਸਲ ਰਾਜ ਕਰਨ ਵਾਲੇ ਸੀਗੇ, ਜਿਹੜੇ ਏਜੰਸੀਆਂ ਦੇ ਵਿੱਚ ਵੱਡੇ ਅਫਸਰ ਸੀਗੇ ਡੀਪ ਸਟੇਟ, ਜਾਂ ਜਿਹੜੀ ਉਹਨਾਂ ਦੀ ਇੱਕ ਵਿਪਰ ਦੀ ਧਾਰਮਿਕ ਲੀਡਰਸ਼ਿਪ ਸੀਗੀ ਜਾਂ ਕਾਂਗਰਸ ਦੀ ਪੋਲੀਟੀਕਲ ਲੀਡਰਸ਼ਿਪ ਸੀਗੀ ਵਿਪਰ ਦੀ, ਉਹਨੂੰ ਇਹ ਗੱਲ ਸਮਝ ਆ ਗਈ ਸੀਗੀ ਕਿ ਸਿੱਖ ਬਹੁਤ ਸਾਰੀਆਂ ਬੁਨਿਆਦੀ ਚੀਜ਼ਾਂ ਦੇ ਵਿੱਚ ਪਹਿਲਾਂ ਹੀ ਬਹੁਤ ਤਾਕਤਵਰ ਨੇ। ਇਹਨਾਂ ਨੇ 2 ਸਾਲ ਦੇ ਵਿੱਚ ਇਹ ਸਾਬਤ ਕਰ ਦਿੱਤਾ ਕਿ ਜੇ ਦਿੱਲੀ ਤਖ਼ਤ ਨੂੰ ਕੋਈ ਟੱਕਰ ਦੇ ਸਕਦਾ ਤਾਂ ਉਹ ਸਿੱਖ ਹੀ ਦੇ ਸਕਦੇ ਨੇ, ਜੇ ਉਹ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਚੱਲਣਗੇ। ਅਤੇ ਜਿੰਨੇ ਇੰਡੀਆ ਦੇ ਲੋਕ ਨੇ ਉਹਨਾਂ ਨੇ ਸਿੱਖਾਂ ਦੀ ਇਸ ਹੈਸੀਅਤ ਨੂੰ ਮੰਨ ਲਿਆ ਸੀਗਾ। ਅਤੇ ਉਹਦਾ ਸਬੂਤ ਇਹ ਹੋਇਆ ਕਿ ਜਦੋਂ 1980 ਦੇ ਵਿੱਚ ਜਨਤਾ ਪਾਰਟੀ ਦੀ ਸਰਕਾਰ ਟੁੱਟਣ ਲੱਗੀ ਤਾਂ ਇਹ ਆਇਆ ਨੁਕਤਾ ਵੀ ਕਿਸੇ ਖੇਤਰੀ ਪਾਰਟੀ ਦੇ ਕਿਸੇ ਆਗੂ 'ਤੇ ਸਹਿਮਤੀ ਕਰ ਲਓ। ਅਕਾਲੀ ਦਲ ਦੇ 10 ਕੁ ਸ਼ਾਇਦ MP ਸੀਗੇ, 10 ਕੁ MPਾਂ ਦੇ ਸਿਰ 'ਤੇ ਅਕਾਲੀ ਦਲ ਦੇ ਇੱਕ ਲੀਡਰ 'ਤੇ ਪ੍ਰਧਾਨ ਮੰਤਰੀ ਲਈ ਸਹਿਮਤੀ ਹੋ ਗਈ ਸੀਗੀ। ਕਿਸ ਗੱਲ ਕਰਕੇ? ਕਿਉਂਕਿ ਲੋਕਾਂ ਦੇ ਮਨ 'ਚ ਇਹ ਸਮਰੱਥਾ ਪੈਦਾ, ਇਹ ਸਮਝ ਪੈਦਾ ਹੋ ਗਈ ਸੀਗੀ ਕਿ ਦਿੱਲੀ ਨੂੰ, ਕਾਂਗਰਸ ਨੂੰ, ਵਿਪਰ ਨੂੰ ਜੇ ਕੋਈ ਫਾਈਟ ਦੇ ਸਕਦਾ ਤਾਂ ਸਿੱਖ ਦੇ ਸਕਦੇ। ਅਤੇ ਇਹ ਇੱਕ ਬੁਨਿਆਦੀ ਨੁਕਤਾ ਸੀਗਾ ਜਿਹਦੇ ਤੋਂ ਵਿਪਰ ਜਿਹੜਾ ਉਹ ਇਹ ਗੱਲ ਸਮਝ ਗਿਆ ਸੀਗਾ ਕਿ ਜੇ ਹੁਣ ਸਿੱਖਾਂ ਨੂੰ ਬਹੁਤ ਛੇਤੀ ਕਿਸੇ ਬੜੇ ਜੰਗ ਦੇ ਵਿੱਚ ਅਸੀਂ ਨਾ ਗ੍ਰਹਿਣ ਕੀਤਾ ਤਾਂ ਬਹੁਤ ਛੇਤੀ ਇੰਡੀਆ ਦਾ ਜਿੰਨਾ ਵੀ ਨਿਮਾਣਾ ਨਿਤਾਣਾ, ਜਿੰਨਾ ਵੀ ਦਿੱਲੀ ਤਖ਼ਤ ਤੋਂ ਨਪੀੜਿਆ ਹੋਇਆ ਲੋਕ ਹੈ, ਉਹਨਾਂ ਨੇ ਸਿੱਖਾਂ ਨੂੰ ਦਿੱਲੀ ਦੀ ਬਾਦਸ਼ਾਹਤ ਦੀ ਕੁਰਸੀ 'ਤੇ ਬਿਠਾ ਦੇਣਾ। ਸੋ ਇਹ ਇੱਕ ਬੁਨਿਆਦੀ ਨੁਕਤਾ ਸੀਗਾ ਜਿਹਦੇ ਕਰਕੇ ਸਾਡੇ ਨਾਲ ਇਹ ਵਤੀਰਾ ਹੋਇਆ। ਇਹ ਗੱਲ ਤੁਹਾਡੇ ਮਨ ਦੇ ਵਿੱਚ ਵਸਣੀ ਚਾਹੀਦੀ। ਅਤੇ ਇਹ ਉਸੇ ਹੀ ਸਥਿਤੀ ਦੇ ਵਿੱਚ ਅੱਜ ਆਪਾਂ ਦੁਬਾਰਾ ਪਹੁੰਚ ਗਏ ਹਾਂ। ਜਿਸ ਤਰੀਕੇ ਦੇ ਨਾਲ 77 ਤੱਕ ਸਿੱਖਾਂ ਦੀ ਅਜ਼ਮਤ ਇਸ ਪੂਰੇ ਖਿੱਤੇ ਦੇ ਵਿੱਚ ਪੂਰੀ ਬੁਲੰਦੀ 'ਤੇ ਸੀਗੀ, ਅੱਜ ਵੀ ਲਗਭਗ ਉੱਥੇ ਹੀ ਚਲੀ ਗਈ। ਜਿਨ੍ਹਾਂ ਗੱਲਾਂ ਕਰਕੇ ਇੰਡੀਆ ਸਿੱਖਾਂ 'ਤੇ ਨਿਰਭਰ ਉਦੋਂ ਸੀਗਾ, ਉਹਨਾਂ ਗੱਲਾਂ ਕਰਕੇ ਇੰਡੀਆ ਸਿੱਖਾਂ 'ਤੇ ਅੱਜ ਵੀ ਨਿਰਭਰ ਹੈ।
ਬਹੁਤ ਕੋਸ਼ਿਸ਼ ਕੀਤੀ ਉਹਨਾਂ ਨੇ ਆਰਮੀ ਦੇ ਵਿੱਚ ਰਿਕਰੂਟਮੈਂਟ ਬਦਲਣ ਦੀ ਬੜੀ ਕੋਸ਼ਿਸ਼ ਕੀਤੀ ਖੇਤੀ ਨੂੰ ਢਾਹ ਲਾਉਣ ਦੀ। ਉਸ ਤੋਂ ਬਾਅਦ ਕੋਈ ਐਗਰੋ ਇੰਡਸਟਰੀ ਨਹੀਂ ਦਿੱਤੀ, ਸਾਰੀ ਖੇਤੀ ਤਬਾਹ ਕਰਨ ਦੇ ਲਈ ਕੋਈ ਕਸਰ ਨਹੀਂ ਛੱਡੀ, ਪਾਣੀ ਸਾਰੇ ਲੁੱਟ ਲਏ, ਪਰ ਫਿਰ ਵੀ ਪੰਜਾਬ ਤੋਂ ਨਿਰਭਰਤਾ ਉਹ ਖਤਮ ਨਹੀਂ ਕਰ ਸਕਿਆ। ਜਿਹੜੀ ਗੱਲ ਦੇ ਵਿੱਚ ਫਾਈਟ ਤੋਂ ਬਾਅਦ ਜਿਸ ਤਰੀਕੇ ਦਾ ਆਪਾਂ ਕ੍ਰਿਸ਼ਮਾ ਦਿਖਾਇਆ, ਜਾਂ ਹੁਣ ਸਿੱਖਾਂ ਦੀ ਸੇਵਾ ਦੇ ਕਰਕੇ ਜੋ ਅਜ਼ਮਤ ਬਣੀ, ਜਾਂ ਹੁਣ ਇਹ ਤਿੰਨ ਬਿੱਲਾਂ ਦੇ ਵਿਰੋਧ ਕਰਕੇ ਸਿੱਖਾਂ ਦੀ ਦੁਆਰਾ ਜੋ ਅਜ਼ਮਤ ਬਣ ਗਈ ਆ, ਤੋ ਇੰਡੀਆ ਦੇ ਵਿੱਚ ਸਿੱਖਾਂ ਦੀ ਦੁਆਰਾ ਉਹ ਹੈਸੀਅਤ ਬਣ ਗਈ ਆ, ਉਹ ਨਕਸ਼ ਦੁਆਰਾ ਉੱਭਰਨੇ ਸ਼ੁਰੂ ਹੋ ਗਏ ਆ ਕਿ ਸਿੱਖ ਇੰਡੀਆ ਦੇ ਜੋ ਵੀ ਸ਼ੋਸ਼ਿਤ ਲੋਕ ਹੈ, ਨਿਮਾਣੇ ਨਿਤਾਣੇ ਲੋਕ ਹੈ, ਜੇ ਉਹਨਾਂ ਨੇ ਇਨਸਾਫ ਦਾ, ਉਹਨਾਂ ਦੇ ਨਿਆਂ ਦਾ ਕੋਈ ਸੁੱਖ ਸਹੂਲਤ ਲੈਣੀ ਆ ਤਾਂ ਉਹ ਸਿੱਖਾਂ ਦੀ ਅਗਵਾਈ 'ਚ ਹੀ ਹੋ ਸਕਦੀ। ਜੇ ਦਿੱਲੀ ਦੇ ਤਖ਼ਤ ਦੇ ਉੱਤੇ ਖਾਲਸਾ ਫੌਜ ਸਜੇਗੀ, ਜਿਸ ਤਰੀਕੇ ਦੇ ਨਾਲ ਸਾਡੇ ਪੁਰਾਣੇ ਸਿੱਖਾਂ ਦਾ ਵਿਸ਼ਵਾਸ ਸੀਗਾ ਕਿ ਦਿੱਲੀ ਤਖ਼ਤ ਪਰ ਬਹੇਗੀ ਆਪ ਗੁਰੂ ਕੀ ਫੌਜ, ਛਤਰ ਝੁਲੇਂਗੇ ਸੀਸ ਪਰ, ਬੜੀ ਕਰੇਗੀ ਮੌਜ, ਉਹ ਛਾਪ ਲੋਕਾਂ ਦੇ ਮਨਾਂ 'ਚ ਦੁਆਰਾ ਬਣ ਗਈ। ਸੋ ਇਸ ਕਰਕੇ ਹੁਣ ਤੁਸੀਂ ਇਹ ਯਕੀਨ ਮੰਨਿਓ ਕਿ ਸਿੱਖਾਂ ਲਈ ਆਉਣ ਵਾਲੇ ਦਿਨ ਸੌਖੇ ਨਹੀਂ ਹਨ, ਦੁਆਰਾ ਪਰਖਾਂ ਦੇ ਦਿਨ ਨੇ। ਇਸ ਕਰਕੇ ਜਿਸ ਆਸਰੇ ਇਹਨਾਂ ਸ਼ਹੀਦਾਂ ਨੇ, ਇਹਨਾਂ ਯੋਧਿਆਂ ਨੇ ਉਹ ਪਰਖ ਦੀਆਂ ਘੜੀਆਂ ਪਾਰ ਕੀਤੀਆਂ, ਉਸ ਆਸਰੇ ਦੇ ਉਸ ਟੇਕ 'ਤੇ ਵੱਲ ਆਪਾਂ ਵੀ ਆਪਣਾ ਮੂੰਹ ਕਰੀਏ। Thank you.